ਵੀਹਵੀਂ ਕਹਾਣੀ ਦੇਸ਼ ਨਿਕਾਲਾ ਕਨੇ ਵਾਪਸ ਆਉਣਾ। ਇਜ਼ਰਾਇਲ ਦੇਸ਼ ਕਨੇ ਯਹੂਦਾ ਦੇਸ਼ ਦੂਨੀ ਪਰਮਾਤਮੇ ਦੇ ਖਿਲਾਫ਼ ਪਾਪ ਕੀਤਾ। ਤਿਨ੍ਹਾਂ ਤਿਸ ਵਾਅਦੇ ਦਾ ਪਾਲਣ ਨਹੀਂ ਕੀਤਾ ਜਿਹੜਾ ਪਰਮਾਤਮਾ ਤਿਨ੍ਹਾਂ ਸੋਗੀ ਸੀਨੇ ਪਹਾੜੇ ਪਰ ਕੀਤਾ ਥਾ। ਪਰਮਾਤਮਾ ਮਤੇ ਭਵਿਸ਼ਯ ਵਕਤਿਆਂ ਜੋ ਘੱਲਿਆ ਕਿ ਸਹਿ ਤਿਨ੍ਹਾਂ ਚਿਤੌਣੀ ਦੇਣ ਕਨੇ ਸਹਿ ਲੋਕ ਆਪਣੇ ਪਾਪਾਂ ਤੇ ਪਸ਼ਚਾਤਾਪ ਕਰਨ ਕਨੇ ਪਰਮਾਤਮੇ ਦੀ ਆਰਾਧਨਾ ਕਰਨ। ਅਪਰ ਤਿਨ੍ਹਾਂ ਭਵਿਸ਼ਯ ਵਕਤਾਂ ਦੀਆਂ ਗੱਲਾਂ ਜੋ ਮੰਨਣੇ ਤੇ ਮਨਾ ਕਰੀ ਦਿੱਤਾ। ਤਾਲੂ ਪਰਮਾਤਮਾ ਤਿਨ੍ਹਾਂ ਦੂਨੀ ਦੇਸ਼ਾਂ ਜੋ ਸਜ਼ਾ ਦਿੱਤੀ ਕਨੇ ਤਿਨ੍ਹਾਂ ਦੇ ਦੁਸ਼ਮਣਾਂ ਜੋ ਇਜਾਜ਼ਤ ਦਿੱਤੀ ਕਿ ਸਹਿ ਤਿਨ੍ਹਾਂ ਦੂਨੀ ਦੇਸ਼ਾਂ ਜੋ ਨਾਸ ਕਰੀ ਦਿਆ। ਅਸੂਰੇ ਦਾ ਦੇਸ਼ ਇੱਕ ਤਾਕਤਵਰ ਦੇਸ਼ ਦਾ ਜਿੰਨੀ ਆਈ ਨੇ ਇਜ਼ਰਾਇਲ ਦੇਸ਼ ਦਾ ਨਾਸ ਕਰੀ ਦਿੱਤਾ। ਅਸੂਰੀ ਲੋਕਾਂ ਇਜ਼ਰਾਇਲ ਦੇਸ਼ ਦੇ ਮਤੇ ਲੋਕਾਂ ਜੋ ਮਾਰੀ ਦਿੱਤਾ ਕਨੇ ਤਿਨ੍ਹਾਂ ਦੀਆਂ ਸਾਰੀਆਂ ਚੀਜ਼ਾਂ ਜੋ ਲੁੱਟੀ ਕਰੀ ਲਈ ਗਏ ਕਨੇ ਇਜ਼ਰਾਇਲ ਦੇਸ਼ ਦੇ ਮਤੇ ਇਲਾਕੇ ਨਾਸ ਕਰੀ ਦਿੱਤੇ। ਅਸੂਰੀ ਲੋਕਾਂ ਇਜ਼ਰਾਇਲ ਦੇਸ਼ ਦੇ ਸਾਰੇ ਅਗਵਾਂ ਜੋ ਅਮੀਰ ਮਾਣੂਆਂ ਜੋ ਕਨੇ ਕਾਰੀਗਰ ਲੋਕਾਂ ਜੋ ਇਕੱਠਾ ਕੀਤਾ ਕਨੇ ਸਹਿ ਤਿਨ੍ਹਾਂ ਅਸੂਰ ਦੇਸ਼ ਜੋ ਲਈ ਗਏ। ਇਜ਼ਰਾਇਲ ਦੇਸ਼ ਚ ਸਿਰਫ ਗਰੀਬ ਇਜ਼ਰਾਇਲੀ ਲੋਕ ਬਚੇ ਥੇ। ਫਿਰੀ ਅਸੂਰੀ ਲੋਕ ਇਜ਼ਰਾਇਲ ਦੇਸ਼ ਚ ਰਹਿਣੇ ਤਾਈ ਵਿਦੇਸ਼ੀ ਲੋਕਾਂ ਜੋ ਲਈ ਕਰੀ ਆਏ ਕਨੇ ਤਿਨ੍ਹਾਂ ਵਿਦੇਸ਼ੀ ਲੋਕਾਂ ਇਜ਼ਰਾਇਲ ਦੇਸ਼ ਦੇ ਨਾਸ ਕੀਤੇ ਸ਼ਹਿਰਾਂ ਜੋ ਫਿਰੀ ਤੇ ਬਣਾਇਆ। ਜਿਹੜੇ ਇਜ਼ਰਾਇਲੀ ਲੋਕ ਬਚੇ ਥੇ ਤਿਨ੍ਹਾਂ ਨੇ ਅਸੂਰੀ ਲੋਕਾਂ ਵਿਆਹ ਕਰੀ ਲਿਆ ਕਨੇ ਇਹਨਾਂ ਲੋਕਾਂ ਦੇ ਵੰਸ਼ ਸਾਮਰੀ ਕਹਿਲਾਏ। ਯਹੂਦਾ ਦੇਸ਼ ਦੇ ਲੋਕਾਂ ਦੇਖਿਆ ਕਿ ਕਿਵੇਂ ਪਰਮਾਤਮਾ ਤਿਸ ਪਰ ਵਿਸ਼ਵਾਸ ਨਹੀਂ ਕਰਨੇ ਕਨੇ ਤਿਸ ਦੇ ਹੁਕਮਾਂ ਦਾ ਪਾਲਣ ਨਹੀਂ ਕਰਨੇ ਦੀ ਵਜ੍ਹਾ ਤੇ ਇਜ਼ਰਾਇਲੀ ਲੋਕਾਂ ਜੋ ਸਜ਼ਾ ਦਿੱਤੀ ਸੀ। ਫਿਰ ਵੀ ਤਿਨ੍ਹਾਂ ਲੋਕਾਂ ਕਨਾਨੀ ਲੋਕਾਂ ਦੇ ਦੇਵਤਿਆਂ ਦੀ ਭਗਤੀ ਕੀਤੀ। ਪਰਮਾਤਮਾ ਤਿਨ੍ਹਾਂ ਜੋ ਚਿਤੌਣੀ ਦੇਣੇ ਤਾਈਂ ਭਵਿਸ਼ਯ ਵਕਤਾਂ ਜੋ ਘੱਲਿਆ ਅਪਰ ਤਿਨ੍ਹਾਂ ਦੀਆਂ ਗੱਲਾਂ ਜੋ ਅਣਸੁਣਾ ਕਰੀ ਦਿੱਤਾ। ਅਸੂਰੀ ਲੋਕਾਂ ਦੇ ਜ਼ਰੀਏ ਇਜ਼ਰਾਇਲ ਦੇਸ਼ ਜੋ ਨਾਸ ਕਰਨੇ ਦੇ 100 ਸਾਲ ਬਾਅਦ ਪਰਮਾਤਮਾ ਬੇਬੀਲੋਨ ਦੇਸ਼ ਦੇ ਰਾਜਾ ਨਬੂਕਦਨੇਸਰੇ ਜੋ ਯਹੂਦਾ ਦੇਸ਼ ਪਰ ਹਮਲਾ ਕਰਨੇ ਤਾਈਂ ਘੱਲਿਆ। ਬੇਬੀਲੋਨ ਦੇਸ਼ ਇੱਕ ਤਾਕਤਵਰ ਦੇਸ਼ ਥਾ। ਯਹੂਦਾ ਦੇਸ਼ ਦਾ ਰਾਜਾ ਨਬੂਕਦਨੇਸਰ ਦਾ ਦਾਸ ਬਣੀ ਕਰੀ ਹਰ ਸਾਲ ਮਤੀ ਧਨ ਦੌਲਤ ਦੇਣੇ ਤਾਈਂ ਰਾਜੀ ਹੋਈ ਗਿਆ। ਅਪਰ ਥੋੜੇ ਸਾਲਾਂ ਬਾਅਦ ਯਹੂਦਾ ਦੇਸ਼ ਦੇ ਰਾਜਾ ਬੇਬੀਲੋਨ ਦੇਸ਼ ਦੇ ਖਿਲਾਫ ਬਗਾਵਤ ਕੀਤੀ। ਬੇਬੀਲੋਨ ਦੇਸ਼ ਦੇ ਲੋਕਾਂ ਵਾਪਸ ਆਈ ਨੇ ਫਿਰੀ ਯਹੂਦਾ ਦੇਸ਼ ਪਰ ਹਮਲਾ ਕਰੀ ਦਿੱਤਾ। ਤਿਨ੍ਹਾਂ ਯਰੂਸ਼ਲਮ ਸ਼ਹਿਰੇ ਪਰ ਕਬਜ਼ਾ ਕਰੀ ਲਿਆ। ਮੰਦਰੇ ਜੋ ਨਾਸ ਕਰੀ ਦਿੱਤਾ ਕਨੇ ਸ਼ਹਿਰੇ ਦੇ ਕਨੇ ਮੰਦਰੇ ਦੇ ਖਜ਼ਾਨੇ ਜੋ ਲੁੱਟੀ ਕਰ ਲਈ ਗਏ। ਬੇਬੀਲੋਨ ਦੇਸ਼ ਨੇ ਬਗਾਵਤ ਕਰਨੇ ਤਾਈਂ ਯਹੂਦਾ ਦੇਸ਼ ਦੇ ਰਾਜੇ ਜੋ ਸਜ਼ਾ ਦਿੱਤੀ ਕਨੇ ਨਬੂਕਦਨੇਸਰੇ ਦੇ ਸੈਨਿਕਾਂ ਤਿਸਦੇ ਜਾਗਤੇ ਜੋ ਮਾਰੀ ਦਿੱਤਾ ਕਨੇ ਤਿਸਦੇ ਬਾਅਦ ਰਾਜੇ ਜੋ ਅੰਨਾ ਕਰੀ ਦਿੱਤਾ ਕਨੇ ਤਿਸੀਓ ਲਈ ਗਏ ਤਾਂ ਜੇ ਸਹਿ ਬੇਬੀਲੋਨ ਦੇਸ਼ ਦੀਆਂ ਜੇਲ੍ਹਾਂ 'ਚ ਮਰੀ ਜਾ। ਨਬੂਕਦਨੇਸਰ ਕਨੇ ਤਿਸਦੇ ਸੈਨਿਕ ਯਹੂਦਾ ਦੇਸ਼ ਦੇ ਲਗਭਗ ਸਾਰਿਆਂ ਲੋਕਾਂ ਜੋ ਬੇਬੀਲੋਨ ਦੇਸ਼ ਜੋ ਲਈ ਗਏ। ਸਿਰਫ ਤਿਸ ਦੇਸ਼ ਦੇ ਗਰੀਬ ਲੋਕਾਂ ਜੋ ਛੱਡੀ ਦਿੱਤਾ ਤਾਂ ਜੇ ਸਹਿ ਖੇਤੀ ਕਰੀ ਸਕਣ। ਇਸ ਦੌਰ ਦੇ ਵਕਤੇ ਜੋ ਦੇਸ਼ ਨਿਕਾਲੇ ਦਾ ਨਾਂ ਦਿੱਤਾ ਗਿਆ ਜਿਸ 'ਚ ਪਰਮਾਤਮੇ ਦੇ ਲੋਕਾਂ ਜੋ ਵਾਅਦੇ ਦੇ ਦੇਸ਼ ਤੇ ਨਿਕਲੀ ਜਾਣੇ ਤਾਈਂ ਮਜਬੂਰ ਕੀਤਾ ਥਾ। ਪਰਮਾਤਮਾ ਆਪਣੇ ਲੋਕਾਂ ਜੋ ਤਿਨ੍ਹਾਂ ਦੇ ਪਾਪਾਂ ਤਾਈਂ ਸਜ਼ਾ ਦਿੱਤੀ। ਤਿਨ੍ਹਾਂ ਦਾ ਦੇਸ਼ ਨਿਕਾਲਾ ਹੋਣੇ ਤੇ ਬਾਅਦ ਵੀ ਪਰਮਾਤਮਾ ਤਿਨ੍ਹਾਂ ਜੋ ਕਨੇ ਆਪਣੇ ਵਾਅਦੇ ਜੋ ਨਹੀਂ ਭੁੱਲਿਆ ਥਾ। ਪਰਮਾਤਮਾ ਲਗਾਤਾਰ
ਆਪਣੇ ਲੋਕਾਂ ਜੋ ਦਿਖਦਾ ਰਿਹਾ। ਕਨੇ ਆਪਣੇ ਭਵਿਸ਼ਯ ਵਕਤਾਂ ਦੇ ਜ਼ਰੀਏ ਤਿਨਾਂ ਨੇ ਗੱਲਾਂ ਕਰਦਾ ਰਿਹਾ। ਤਿੰਨੀ ਵਾਅਦਾ ਕੀਤਾ ਕਿ 70 ਸਾਲਾਂ ਬਾਅਦ ਸਹਿ ਫਿਰੀ ਵਾਅਦੇ ਦੇ ਦੇਸ਼ ਵਾਪਸ ਆਈ ਜਾਂਗੇ। 17 ਸਾਲਾਂ ਬਾਅਦ ਕੁਸਤਰੂ ਜਿਹੜਾ ਫਾਰਸ ਦੇਸ਼ ਦਾ ਰਾਜਾ ਬਣਿਆ, ਤਿੰਨੀ ਬੇਬੀਲੋਨ ਦੇਸ਼ ਜੋ ਹਰਾਈ ਦਿੱਤਾ। ਇਸ ਤਾਈਂ ਬੇਬੀਲੋਨ ਦੇਸ਼ ਦੇ ਬਜਾਏ ਫਾਰਸ ਦੇਸ਼ ਨੇ ਮਤਿਆਂ ਦੇਸ਼ਾਂ ਪਰ ਰਾਜ ਕੀਤਾ। ਇਜ਼ਰਾਈਲੀ ਲੋਕਾਂ ਜੋ ਹੁਣ ਯਹੂਦੀ ਗਲਾਇਆ ਜਾਂਦਾ ਥਾ, ਕਨੇ ਤਿਨਾਂ ਆਪਣੀ ਸਾਰੀ ਜ਼ਿੰਦਗੀ ਬੇਬੀਲੋਨ ਦੇਸ਼ ਚ ਕੱਟੀ। ਸਿਰਫ ਕੁਛ ਪੁਰਾਣੇ ਯਹੂਦੀ ਲੋਕਾਂ ਜੋ ਯਹੂਦਾ ਦੇਸ਼ ਯਾਦ ਰਿਹਾ। ਫਾਰਸੀ ਲੋਕ ਬੜੇ ਸਮਰਥੀ ਥੇ, ਅਪਰ ਤਿਨਾਂ ਹਾਰਨੇ ਵਾਲੇ ਲੋਕਾਂ ਪਰ ਦਇਆ ਕੀਤੀ। ਫਾਰਸੀ ਲੋਕਾਂ ਦਾ ਰਾਜਾ ਬਣਨੇ ਤੇ ਬਾਅਦ ਕੁਸਤਰੂਏ ਇੱਕ ਹੁਕਮ ਦਿੱਤਾ ਕਿ ਕੋਈ ਵੀ ਯਹੂਦੀ ਵਾਪਸ ਯਹੂਦਾ ਦੇਸ਼ ਜਾਣਾ ਚਾਹੁੰਦਾ ਹੈ ਤਾਂ ਸਭ ਫਾਰਸ ਦੇਸ਼ ਜੋ ਛੱਡੀ ਕਰੀ ਯਹੂਦਾ ਦੇਸ਼ ਵਾਪਸ ਜਾ ਸਕਦਾ ਹੈ। ਤਿੰਨੀ ਤਿਨਾਂ ਜੋ ਮੰਦਰ ਬਣਾਉਣੇ ਤਾਈਂ ਦੰਦੌਲਤ ਵੀ ਦਿੱਤੀ। 70 ਸਾਲ ਦੇਸ਼ ਨਿਕਾਲਾ ਹੋਣੇ ਤੇ ਬਾਅਦ ਯਹੂਦੀ ਲੋਕਾਂ ਦੀ ਇੱਕ ਟੋਲੀ ਯਰੂਸ਼ਲਮ ਸ਼ਹਿਰੇ ਜੋ ਵਾਪਸ ਚਲੀ ਆਈ। ਜਲ ਯਹੂਦੀ ਲੋਕ ਯਰੂਸ਼ਲਮ ਸ਼ਹਿਰੇ ਚ ਪੁੱਜੇ ਤਾਂ ਤਿਨਾਂ ਮੰਦਰੇ ਜੋ ਕਨੇ ਸ਼ਹਿਰੇ ਦੇ ਚੋਨੀ ਪਾਸੇ ਦੀ ਦੀਵਾਰਾਂ ਜੋ ਫਿਰੀ ਤੇ ਬਣਾਇਆ। ਫਾਰਸ ਲੋਕ ਹੁਣ ਵੀ ਤਿਨਾਂ ਪਰ ਰਾਜ ਕਰਦੇ ਥੇ, ਅਪਰ ਇੱਕ ਵਾਰੀ ਫਿਰੀ ਸਹਿ ਵਾਅਦੇ ਦੇ ਦੇਸ਼ ਚ ਰਹਿ ਦੇ ਥੇ, ਕਨੇ ਮੰਦਰੇ ਚ ਆਰਾਧਨਾ ਕਰਦੇ ਥੇ।